ਵੀ ਦੰਡ, ਦੂਜੇ ਦਿਨ ਮਿਆਣੀ ਤੋਂ ਦਰਿਆ ਬਿਆਸ ਨੂੰ ਪਾਰ ਕਰਕੇ ਪੇਟ ਪੱਤਣ 'ਤੇ ਸੰਗਤਾਂ ਪੁੱਜਦੀਆਂ ਨੇ ਅਤੇ ਰਾਤ ਦਾ ਵਿਸ਼ਰਾਮ ਆ ਕੇ ਹਰ ਚੋਹਾਲ ਕਰਦੀਆਂ, ਬੜੀਆਂ ਰੌਣਕਾਂ ਹੁੰਦੀਆਂ, ਬੜੇ ਥਾਂ ਦਾ ਲੰਗਰ, 36 ਪ੍ਰਕਾਰ ਦੇ ਭੋਜਨ ਹੁੰਦੇ ਹਨ। ਹਰ ਚੋਹਾਲ ਤੋਂ ਸਵੇਰੇ ਠੀਕ 3 ਵਜੇ ਸੰਗਤਾਂ ਚੱਲਦੀਆਂ ਨੇ, ਬਾਣੀ ਪੜ੍ਹਦੀਆਂ, ਗੁਰੂ ਦੇ ਗੁਣ ਗਾਉਂਦੀਆਂ। ਇਸੇ ਤਰ੍ਹਾਂ ਫਿਰ ਘੁੰਮਣ ਕਲਾਂ ਵਿਖੇ ਪਹੁੰਚਦੀਆਂ ਨੇ ਸੰਗਤ, ਤਕਰੀਬਨ ਰਾਤ ਦੇ 12:30 ਵਜੇ ਤੱਕ ਘੁੰਮਣਾ ਸੰਗਤਾਂ ਪੁੱਜੀਆਂ ਅਤੇ ਨਗਰੀ ਅੰਦਰ ਵਿਸ਼ਰਾਮ ਕੀਤਾ। ਬੜੇ ਪ੍ਰਬੰਧ ਹੁੰਦੇ ਨੇ ਨਗਰ ਵਾਲਿਆਂ ਦੇ, ਇੰਨੀ ਸੇਵਾ ਕਰਦੇ, ਅਟੁੱਟ ਸੇਵਾ ਹੈ। ਅਤੇ ਲੰਗਰ ਗੁਰੂ ਨਾਨਕ ਪਾਤਸ਼ਾਹ ਦੇ ਜੋ 20 ਰੁਪਏ ਵਾਲਾ ਲੰਗਰ ਸੀ ਉਹੀ ਪ੍ਰਫੁੱਲਿਤ ਹੋ ਰਿਹਾ ਹੈ। ਅਤੇ ਅੱਜ ਸਵੇਰੇ ਬੜੇ ਪਿਆਰ ਨਾਲ ਘੁੰਮਲ ਕਲਾਂ ਤੋਂ ਚੱਲ ਆਰੰਭ ਕੀਤਾ 4 ਵਜੇ, ਅਤੇ ਇਸ ਵੇਲੇ ਪੈਦਲ ਯਾਤਰਾ ਸੰਗ ਤਰ੍ਹਾਂ 'ਚ ਹੁੰਦਾ ਹੋਇਆ ਪਹਿਲਾਂ ਨਾਲੇ ਵਾਲੀ ਸੜਕ ਨੂੰ ਪਾਰ ਕੀਤਾ। ਇਸੇ ਤਰ੍ਹਾਂ ਸ਼ਾਮ ਤੱਕ ਗੁਰੂ ਦੇ ਗੁਣ ਗਾਉਂਦੇ ਹਾਂ, ਹਰੀ ਜਸ ਕਰਦੇ ਹਾਂ, ਵੱਖ ਵੱਖ ਨਗਰਾਂ ਤੋਂ ਆਉਂਦੇ ਹਾਂ ਡੇਰਾ ਬਾਬਾ ਪਹੁੰਚ ਕੇ, ਡੇਰਾ ਬਾਬਾ ਨਾਨਕ ਪਹੁੰਚ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਅਤੇ ਜੋ ਜੋ ਵੀ ਮਨੋਕਾਮਨਾ ਲੈ ਕੇ ਅਰਦਾਸ ਬੇਨਤੀਆਂ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਪੂਰੀਆਂ ਕਰਦੇ ਆ। ਇਹ ਯਾਤਰਾ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚੋਲਾ ਸਾਹਿਬ ਦੇ ਜੋੜ ਮੇਲੇ ਦੇ ਦਰਸ਼ਨਾਂ ਨੂੰ 4 ਦਿਨ ਦਾ ਜੋ ਪੈਦਲ ਸੰਗ ਜਾਂਦਾ ਹੈ, ਦਰਸ਼ਨ ਕਰਕੇ ਸੰਗਤਾਂ ਨਿਹਾਲੋ ਨਿਹਾਲ ਹੁੰਦੀਆਂ ਨੇ, ਜੋ ਵੀ ਕੋਈ ਮੰਗ ਕਰਦਾ ਮਾਲਕ ਪੂਰੀਆਂ ਕਰਦੇ ਆ। ਇਸ ਤਰ੍ਹਾਂ ਇਹ ਸੰਗ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ।